ਸ਼ਿਵਰਾਤਰੀ ਦਾ ਮੇਲਾ ਵੇਖਣ ਗਏ ਨੌਜਵਾਨ ਦੀ ਹੋਈ ਮੌਤ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਪਹਿਲਾਂ ਗੁੰਮਸ਼ੁਦਗੀ ਦੀ ਪੁਲਿਸ ਕੋਲ ਕੀਤੀ ਸੀ ਸ਼ਿਕਾਇਤ ਤੇ ਹੁਣ ਬਰਾਮਦ ਹੋਈ ਨੌਜਵਾਨ ਦੀ ਲਾਸ਼। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਮੁੰਡਾ ਘਰੋਂ ਸ਼ਿਵਰਾਤਰੀ ਦਾ ਮੇਲਾ ਵੇਖਣ ਦੇ ਲਈ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਮੁੜਦਾ ਤੇ ਅੱਜ ਉਸਦੀ ਲਾਸ਼ ਬਰਾਮਦ ਹੁੰਦੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਪਰਿਵਾਰਕ ਮੈਂਬਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲੜਕੇ ਦਾ ਨਾਂ ਆਕਾਸ਼ਦੀਪ ਸਿੰਘ ਸੀ ਤੇ ਉਮਰ ਉਸਦੀ 23 ਸਾਲ ਸੀ ਤੇ ਉਹ 8 ਮਾਰਚ ਨੂੰ ਸ਼ਿਵਰਾਤਰੀ ਦਾ ਮੇਲਾ ਵੇਖਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਘਰੋਂ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਉਂਦਾ। ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਹਨਾਂ ਨੂੰ ਪੁੱਠੇ ਜਵਾਬ ਮਿਲੇ ਸੀ ਤੇ ਅੱਜ ਉਹਨਾਂ ਦੇ ਲੜਕੇ ਦੀ ਉਹਨਾਂ ਨੂੰ ਲਾਸ਼ ਬਰਾਮਦ ਹੁੰਦੀ ਹੈ। ਇਸ ਤੋਂ ਬਾਅਦ ਉਹਨਾਂ ਨੇ ਰੋ ਰੋ ਕੇ ਦੱਸਿਆ ਕਿ ਉਹਨਾਂ ਦਾ ਨੌਜਵਾਨ ਮੁੰਡਾ ਹੁਣ ਉਹਨਾਂ ਦੇ ਹੱਥੋਂ ਖੁੱਸ ਗਿਆ। ਉੱਥੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਜਿਸ ਦੇ ਵਿੱਚੋਂ ਇੱਕ ਨੂੰ ਉਹਨਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਪੁਲਿਸ ਦੇ ਵੱਲੋਂ ਵੀ ਹੁਣ ਲਾਸ਼ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਵਾ ਦਿੱਤਾ ਹੈ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਜਿਹੜਾ ਸ਼ਿਵਰਾਤਰੀ ਦਾ ਮੇਲਾ ਵੇਖਣ ਦੇ ਲਈ ਗਿਆ ਸੀ ਤਾਂ ਉਹ ਘਰ ਵਾਪਸ ਨਹੀਂ ਆਉਂਦਾ ਤਾਂ ਕਈ ਦਿਨ ਬਾਅਦ ਹੁਣ ਉਹਦੀ ਲਾਸ਼ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਸੰਬੰਧੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇਸ ਨੌਜਵਾਨ ਦੀ ਮੌਤ ਹੋਈ ਹੈ। ਨਾਮ ਆਕਾਸ਼ਦੀਪ ਸਿੰਘ ਅਤੇ ਅਸੀਂ ਕੰਪਲੇਂਟ ਕੀਤੀ ਆ ਅਤੇ ਪੁਲਿਸ ਵਾਲਿਆਂ ਨੂੰ ਵੀ ਸਾਰੇ ਕੈਮਰੇ ਚੈੱਕ ਕਰੋ। ਸ਼ੁੱਕਰਵਾਰ ਦਾ ਮੁੰਡਾ ਗਾਇਬ ਹੋਇਆ ਅਤੇ ਪੁਲਿਸ ਵਾਲੇ ਅੱਗੋਂ SHO ਕਹਿੰਦਾ ਅਸੀਂ ਵਿਹਲੇ ਥੋੜ੍ਹੀ ਹਾਂ, ਕੈਮਰੇ ਚੈੱਕ ਕਰਾਂਗੇ। ਅਸੀਂ ਇੰਨੇ ਕੈਮਰੇ ਕਿੱਦਾਂ ਅਸੀਂ ਚੈੱਕ ਕਰ ਲਈਏ? ਕਿਹੜੇ ਪੁਲਿਸ ਅਫਸਰ ਵੱਲੋਂ ਕਿਹਾ ਗਿਆ ਕਿਹੜਾ ਥਾਣਾ ਸੀ? ਇਹ ਜਿਹੜਾ ਮੋਗਮਪੁਰੇ ਥਾਣਾ ਹੈ। ਕਿੰਨੇ ਸਾਲ ਉਮਰ ਬੱਚੇ ਦੀ? ਉਮਰ ਕਿੰਨੀ? ਬੱਚੇ ਦੀ 23 ਸਾਲ ਉਮਰ ਆ। ਗਿਆ ਕਿਤੇ ਜੀ ਤੇ ਕਿੰਨਾ ਦੇ ਨਾਲ ਗਿਆ? ਬੱਚਾ ਤੇ ਮੇਲਾ ਵੇਖਣ ਗਿਆ ਸ਼ੁੱਕਰਵਾਰ, ਇਹ ਦੱਸ ਕੇ ਥੋੜੀ ਗਿਆ ਅੱਗੋਂ ਕਿੱਧਰ ਨੂੰ ਗਿਆ ਕਿੱਧਰ ਨੂੰ ਕੀ ਬਾ। ਮੇਲੇ 'ਚ ਉਹਨੂੰ ਕੋਈ ਗੈਪ ਕਰਕੇ ਲੈ ਗਿਆ, ਉਹਦਾ ਕਤਲ ਹੋਇਆ ਆ। ਕਾਰ 'ਚ ਉਹਨੂੰ ਗਾੜੀ ਲੈ ਗਿਆ, ਐਕਟਿਵਾ ਉਹਦੇ ਕੋਲ ਨਹੀਂ ਆ ਨਿਕਲੀ, ਯਾਰ ਦੋਸਤ ਦੀ ਐਕਟਿਵਾ ਲੈ ਕੇ ਗਿਆ। ਕਹਿੰਦਾ ਮੈਂ 10 ਮਿੰਟਾਂ 'ਚ ਆਇਆ, 7:30 ਵਜੇ ਦਾ ਆਇਆ, ਮੁੜ ਕੇ ਬੋੜਿਆ ਹੀ ਨਹੀਂ ਆ। ਅਸੀਂ ਰਾਤ 8 ਤਰੀਕ ਦਾ ਗਿਆ ਜੇ, ਮੈਂ ਅਸੀਂ ਰਾਤ ਦਿਨ ਲੱਭ ਲਿਆ, ਉਦਣ ਦਾ ਲੱਭਾ ਹੀ ਨਹੀਂ ਕਿਤੇ। ਪੁਲਿਸ ਦੀ ਨਗੇਲੀ ਆ ਪੂਰੀ, ਪੁਲਿਸ ਨੇ ਮਾਸਾ ਵੀ ਕਾਰਵਾਈ ਨਹੀਂ ਕੀਤੀ, ਮਾਸਾ ਵੀ ਲੱਗਦਾ ਨਹੀਂ। ਜੇ ਪੁਲਿਸ ਕਾਰਵਾਈ ਕਰਦੀ ਤੇ ਇਹੋ ਜਿਹੀ ਘਟਨਾ? ਹਾਂ, ਪੁਲਿਸ ਕਾਰਵਾਈ ਕਰਦੀ ਤੇ ਮੇਰਾ ਬੱਚਾ ਅੱਜ ਮੇਰੇ ਘਰ ਹੋਣਾ ਸੀ। ਸ਼ਿਵਰਾਤਰੀ ਵਾਲੇ ਦਿਨ ਦੀ ਪੁਲਿਸ ਕੈਮਰੇ ਚੈੱਕ ਕਰਦੀ ਤੇ ਬੱਚਾ ਮੇਰੇ ਘਰ ਹੁੰਦਾ, ਅੱਜ ਆ ਦਿਨ ਤਨਾ ਵੇਖਣਾ ਪੈਂਦਾ ਜਵਾਨ ਮੁੰਡੇ ਦੀ ਮੌਤ। ਮੰਗ ਇਹ ਸਾਡੇ ਬੱਚੇ ਨੂੰ ਇਨਸਾਫ ਦਵਾਓ, ਜਿਹੜਾ ਵੀ ਉਹਨੇ ਕਿੰਨੇ ਕਿਸੇ ਨੇ ਮਾਰਿਆ ਉਸ ਬੰਦੇ ਨੂੰ ਕਾਬੂ ਕੀਤਾ ਜਾਵੇ। ਮੁੰਡਾ ਆਪਣਾ ਕੁਆਰਾ ਜੀ। ਕੀ ਗੱਲ ਹੋਈ? ਮੇਰਾ ਨਾਂ ਹੈਗਾ ਕੁਲਦੀਪ ਸਿੰਘ, ਮੇਰਾ ਭਤੀਜਾ ਸੀ ਕਾਸ਼ਦੀਪ। 8 ਤਰੀਕ ਨੂੰ ਮੇਲਾ ਵੇਖਣ ਗਿਆ ਅੱਜ ਤੋਂ, ਠੀਕ ਹੈ, 7 ਵਜੇ। ਉਹ ਤੋਂ ਬਾਅਦ ਨਹੀਂ ਘਰੇ ਆਇਆ, ਵੀ ਉਹ ਤੋਂ ਬਾਅਦ ਨਹੀਂ ਘਰੇ ਆਇਆ। ਅਤੇ ਅਸੀਂ ਐਤਵਾਰ ਗਏ ਰਿਪੋਰਟ ਲਿਖਾਉਣ, 11-12 ਵਜੇ ਰਿਪੋਰਟ ਲਿਖਾਈ ਆ ਰਣਜੀਤ ਸਿੰਘ ASI ਨੂੰ, ਅਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਵੀ ਕੋਈ ਕਾਰਵਾਈ ਨਹੀਂ ਕੀਤੀ। ਥਾਣੇ ਤੇ ਕੰਪਲੇਂਟ ਲਿਖਾਈ? ਮੋਗਮਪੁਰਾ ਥਾਣਾ। ਤੇ ਕਿੰਨੀ ਉਮਰ ਸੀ ਮੁੰਡੇ ਦੀ? ਤੇ ਮੁੰਡੇ ਦੀ 23-24 ਸਾਲ ਉਮਰ ਹੈਗੀ ਸੀ। ਕਿੰਨਾਂ ਦੇ ਨਾਲ ਗਿਆ, ਕਿਸੇ ਦੇ ਬੰਦੇ ਦੇ ਸ਼ੱਕ ਹੋਵੇ ਤੁਹਾਨੂੰ? ਇਹ ਆਪਣੇ ਸੱਜਣਾਂ ਨਾਲ ਗਿਆ ਸੀ, ਇੱਕ ਮੁੰਡਾ ਉਹਦਾ ਸੱਜਣ ਹੀ, ਉਹਨੂੰ ਚੁਕਾ ਦਿੱਤਾ ਵਾ, ਬਾਕੀ ਆਪੇ ਲੱਭ ਲੈਣਗੇ। ਲੱਗਦਾ ਕੀ ਹੈ ਤੁਹਾਨੂੰ ਕਿ ਕੀ ਹੋ ਸਕਦਾ ਇਹਦੇ ਨਾਲ? ਉਹ ਕਤਲ ਹੋਇਆ ਵਾ।
ਦੁਸ਼ਮਣੀ ਹੁਣ ਸਾਰੇ ਲੱਗ ਤੱਕ ਤਾਂ ਸਾਰੇ ਬੰਨੇ ਆਪਣੀ ਲੱਗਦੀ ਹੈ ਸਿੱਧੀ ਗੱਲ ਜੀ। ਠੀਕ ਆ, ਕਿਸੇ ਨੂੰ ਪਤਾ ਨਹੀਂ ਹੁਣ ਕੀ ਕੀਤਾ ਕਿਸੇ ਨੇ, ਕੀ ਕੀਤਾ ਮੰਗ ਕੀ ਕਰਦੇ ਹੁੰਦੇ? ਮੰਗ ਆ ਵੀ ਸਾਨੂੰ ਇਨਸਾਫ ਚਾਹੀਦਾ ਹੈ। ਕੁਛ ਨਹੀਂ ਉਹਨਾਂ ਨੇ ਕੱਢ ਕੇ ਦਿਖਾਇਆ ਸਾਨੂੰ ਅਜੇ। ਅਸੀਂ ਐਸ ਐਚ ਓ ਨੂੰ ਮਿਲੇ ਵੀ ਕੈਮਰੇ ਚੈੱਕ ਕਰੋ, ਉਹ ਕਹਿੰਦਾ 36 ਕੈਮਰੇ ਲੱਗੇ, ਅਸੀਂ ਕਿੱਦਾਂ ਚੈੱਕ ਕਰ ਲਈਏ। ਬੋਡੀ ਮੂਦਲਾਂ ਤੋਂ ਮਿਲੀ ਜੀ। ਤੁਹਾਨੂੰ ਜਾਣਕਾਰੀ ਕਿੱਦਾਂ ਮਿਲੀ ਜੀ? ਸਾਨੂੰ ਅਖਬਾਰ 'ਤੇ ਜਾਣਕਾਰੀ ਮਿਲੀ, ਅਸੀਂ ਉੱਥੋਂ ਨਾਲ ਹੀ ਸਿਵਲ ਹੋਸਪਿਟਲ ਗਿਆ ਮੈਂ ਸਵੇਰੇ 8 ਵਜੇ। ਨਹੀਂ ਅਜੇ ਤੱਕ ਕੁਛ ਨਹੀਂ ਪਤਾ ਲੱਗਾ, ਪੁਲਿਸ ਕੁਛ ਵੀ ਨਹੀਂ ਕਰ ਰਹੀ ਅਜੇ ਤੱਕ ਨਹੀਂ ਕੁਛ ਕਰਨ ਦੀ। ਤੁਸੀਂ ਮੰਗ ਕੀ ਕਰਦੇ ਜੀ? ਮੰਗ ਸਾਨੂੰ ਇਨਸਾਫ ਚਾਹੀਦਾ ਹੈ, ਪਤਾ ਲੱਗੇ ਸਾਡੇ ਮੁੰਡੇ ਨਾਲ ਕੀ ਹੋਇਆ। ਵੇਖੋ ਆਪਾਂ ਤਾਂ ਇੱਕ ਡੈੱਡ ਬੋਡੀ ਸਾਨੂੰ ਮਿਲੀ, ਮੇਰੀ ਗੱਲ ਸੁਣ, ਸਾਨੂੰ ਡੈੱਡ ਬੋਡੀ ਮਿਲੀ, ਉਹ ਮੈਂ 72 ਘੰਟੇ ਲਈ ਸ਼ਨਾਖਤ ਨਹੀਂ ਲਵਾਈ ਉੱਥੇ। ਡੈੱਡ ਬੋਡੀ ਆਪਣੇ ਬਾਈਪਾਸ ਤੋਂ ਫੇਰ ਕੇ। ਦੋਸ਼ੀ ਕੋਈ ਨਹੀਂ ਫੜਿਆ, ਦੋਸ਼ੀ ਨੇ ਕੋਈ ਨਹੀਂ ਫੜਿਆ, ਨਾਲੇ ਕਿਹਾ ਜਾਂਦਾ ਇੱਕ ਮੁੰਡਾ ਫੜਿਆ ਗਿਆ ਜੀ। ਨਹੀਂ ਦੋਸ਼ੀ ਨਹੀਂ ਕੋਈ ਫੜਿਆ, ਜੇ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਆਣ ਕੇ ਦੱਸਿਆ, ਕਹਿੰਦੇ ਤੇ ਸ਼ੱਕ ਨੂੰ ਚੁੱਕ ਕੇ ਲਿਆਉਂਦੇ ਤੇ ਕਰਕੇ ਜਿਹੜੀ ਕਾਰਵਾਈ ਆਪਾਂ ਪਤਾ ਲੱਗਿਆ ਕਿ ਕੁਛ ਅਜੇ ਨਹੀਂ ਕੋਈ ਪਤਾ ਲੱਗਾ, ਜੇ ਆਪਾਂ ਐਸ ਪੀ ਸਾਹਿਬ ਆਉਂਦੇ ਹਾਂ ਜਿਹੜੀ ਕਾਰਵਾਈ ਬਣਦੀ ਕਰਾਂਗੇ, ਅਜੇ ਨਹੀਂ ਸਾਨੂੰ ਪਤਾ। ਨਾਲੇ ਦੱਸਿਆ ਜਾ ਰਿਹਾ ਜੀ ਇੱਕ ਬੰਦਾ ਫੜਿਆ ਗਿਆ। ਨਹੀਂ ਨਹੀਂ ਅਜੇ ਕੋਈ ਨਹੀਂ ਫੜਿਆ, ਬੰਦਾ ਨਹੀਂ ਫੜਿਆ, ਮਤਲਬ ਅਜੇ ਪੁੱਛਗਿੱਛ, ਜਿਹਦਾ ਸ਼ੱਕ ਕਹਿੰਦੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਪੁੱਛਗਿੱਛ ਕਰਕੇ ਜੋ ਕਾਰਵਾਈ ਬਣਦੀ ਕਰਾਂਗੇ।